ਮਾਲਵਾ ਬੈਟਲਿਫ ਦੇਖ ਰਹੇ ਸਾਰੇ ਮੇਰੇ ਵੀਰ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਇਸ ਵੀਡੀਓ ਦੇ ਜਰੀਏ ਮੈਂ ਤੁਹਾਨੂੰ ਦੱਸਣਾ ਚਾਹਾਂਗਾ 2023 ਵਿੱਚ ਕਿਹੜੀਆਂ ਕਿਹੜੀਆਂ ਨਵੀਆਂ ਭਰਤੀਆਂ ਆਉਣ ਵਾਲੀਆਂ ਹੈ ਤੇ ਕਿਹੜੀਆਂ ਦੇ ਨੋਟੀਫਿਕੇਸ਼ਨ ਕਦੋਂ ਰਿਲੀਜ਼ ਹੋਣਗੇ ਸੋ ਮੇਰੀ ਵੀਡੀਓ ਨਾਲ ਬਣੀ ਰਹੋ ਪੇਜ ਨੂੰ ਸਬਸਕ੍ਰਾਈਬ ਕਰ ਲਵੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਉਣ ਵਾਲੀ ਨੋਟੀਫਿਕੇਸ਼ਨਸ ਨੂੰ ਦੇਖਣ ਲਈ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰ ਲਈਓ ਸੋ ਗੱਲ ਇਦਾਂ ਮੇਰੇ ਵੀਰੋ ਤੁਸੀਂ ਹੁਣ ਰਿਜ਼ਲਟ ਵੇਖਿਆ ਤੁਹਾਡਾ ਰਿਜ਼ਲਟ ਦੇ ਵਿੱਚ ਕਈਆਂ ਦੇ ਮੇਰੇ ਵੀਰਾਂ ਦੇ ਨੰਬਰ 400 ਦੇ ਕਰੀਬ ਹੈ ਤੇ ਕਈਆਂ ਦੇ ਮੇਰੇ ਵੀਰੇ ਨੰਬਰ 500 ਤੋਂ ਵੱਧ ਨੇ ਸੋ ਦੋ ਦੋਵੇਂ ਇਹ ਜਿਹੜੇ ਜਿਨ੍ਹਾਂ ਦੇ ਨੰਬਰ ਵੱਧ ਵੀ ਤੇ ਘੱਟ ਵੀ ਨੇ ਉਹਨਾਂ ਦੇ ਵਿੱਚ ਟੈਨਸ਼ਨ ਇਹ ਹੀ ਹੈ ਕਿ ਪਰਸੈਂਟੇਜ ਕਿੰਨੀ ਜਾਵੇਗੀ ਅਸੀਂ ਫਿਜ਼ੀਕਲ ਟ్రायल ਸ਼ੁਰੂ ਕਰੀਏ ਜਾਂ ਨਾ ਕਰੀਏ ਤ ਸੋ ਮੈਂ ਤੇ ਹੀ ਕਹਿਣਾ ਵੀ ਤੁਸੀਂ ਨਾ ਇੱਕ ਕੰਮ ਕਰੋ ਤੁਸੀਂ ਫਿਜ਼ੀਕਲ ਟ్రਾਇਲ ਦੀ ਤਾਂ ਤੁਸੀਂ ਤਿਆਰੀ ਕਰੋ ਹੀ ਕਰੋ ਕਿਉਂਕਿ 2023 ਦੀ ਸ਼ੁਰੂਆਤ ਤੋਂ ਹੀ ਨਵੀਆਂ ਭਰਤੀਆਂ ਆਉਣ ਵਾਲੀਆਂ ਨੇ ਕਿਉਂਕਿ ਉਹਨਾਂ ਨੇ ਗਵਰਨਮੈਂਟ ਨੇ ਕਿਹਾ ਹੈ ਕਿ ਜੇਲ ਵਾਰਡ ਦੇ ਜੇਡ ਵਾਰਡਨ ਦੀਆਂ ਜਿਹੜੀਆਂ ਭਰਤੀਆਂ ਹੈਗੀਆਂ ਉਹ ਲਾਜ਼ਮੀ ਕੱਢੀਆਂ ਜਾਣਗੀਆਂ ਜਨਵਰੀ ਤੋਂ ਲੈ ਕੇ ਜਿਹੜਾ ਹੈਗਾ ਮਾਰਚ ਦੇ ਵਿੱਚ ਵਿੱਚ ਇਹ 800 ਭਰਤੀ ਕੱਢੀ ਜਾਵੇਗੀ ਹੁਨੇ ਹੁਨੇ ਟਵੀਟ ਦੇ ਵਿੱਚ ਇੱਕ ਨੋਟੀਫਿਕੇਸ਼ਨ ਆਇਆ ਠੀਕ ਹੈ ਜੀ ਤੇ ਨਾਲ ਹੀ ਉਹਨਾਂ ਨੇ ਕਿਹਾ ਪੰਜਾਬ ਪੁਲਿਸ ਮੈਗਮੇ ਵਿੱਚ ਕਾਫੀ ਰਿਟਾਇਰਮੈਂਟਸ ਹੋ ਰਹੀਆਂ ਜਿਸ ਕਰਕੇ ਵੈਕੈਂਸੀਸ ਕਾਫੀ ਖਾਲੀ ਦੇਖਣ ਨੂੰ ਮਿਲ ਰਹੀਆਂ 2023 ਦੇ ਵਿੱਚ ਸੋ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੇ ਕਿ ਮਾਰਚ ਤੋਂ ਲੈ ਕੇ ਮਤਲਬ ਕਿ ਦਸੰਬਰ ਦੇ ਵਿੱਚ ਵਿੱਚ ਜਿਹੜੀਆਂ ਆਪਣੀਆਂ ਹੈਗੀਆਂ ਵੈਕੈਂਸੀਸ ਕੱਢੀਆਂ ਜਾਣਗੀਆਂ ਅਲੱਗ-ਅਲੱਗ ਰੈਂਕਸ ਨੂੰ ਲੈ ਕੇ ਤੇ ਪੇਪਰ ਪੈਟਰਨ ਨੂੰ ਵੀ ਥੋੜਾ ਜਿਹਾ ਚੇਂਜ ਕੀਤਾ ਜਾਵੇਗਾ ਜਿਵੇਂ ਕਿ ਪਹਿਲਾਂ ਬਹੁਤ ਟਫ ਪੇਪਰ ਪਾਇਆ ਜਾਂਦਾ ਸੀ ਉਸ ਨੂੰ ਵੀ ਥੋੜਾ ਜਿਹਾ ਹਲਕਾ ਕੀਤਾ ਜਾਵੇਗਾ ਤਾਂ ਕਿ ਬੱਚਿਆਂ ਦੀ ਤਿਆਰੀ ਆਸਾਨੀ ਨਾਲ ਹੋ ਸਕੇ ਹਰ ਬੱਚਾ ਮਤਲਬ ਆਪ ਦੀ ਜਿਹੜੀ ਕਿ ਵਧੀਆ ਪਰਸੈਂਟੇਜ ਲੈ ਕੇ ਤੇ ਨੌਕਰੀ ਪ੍ਰਾਪਤ ਕਰ ਸਕੀ ਤੇ ਜ਼ਰੂਰੀ ਨਹੀਂ ਕਿ ਇਹ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਹੀ ਲੈ ਕੇ ਆ ਹੋਰ ਵੀ ਕਈ ਡਿਪਾਰਟਮੈਂਟ ਜਿਵੇਂ ਸਿੱਖਿਆ ਦਾ ਡਿਪਾਰਟਮੈਂਟ ਹੋ ਗਿਆ ਜਲ ਵਿਭਾਗ ਵਿਭਾਗ ਹੋ ਗਿਆ ਠੀਕ ਹੈ ਜੀ ਤੇ ਹੋਰ ਵੀ ਇਲੈਕਟ੍ਰਿਸਿਟੀ ਵਾਲੇ ਜਿਹੜੇ ਮਹਿਗਮੇ ਨੇ ਉਹਨਾਂ ਵਿੱਚ ਵੀ ਕਾਫੀ ਪੋਸਟਾਂ ਰਿਟਾਇਰਮੈਂਟ ਕਰਕੇ ਖਾਲੀ ਹੋਣ ਵਾਲੀਆਂ ਨੇ ਸੋ ਸਾਰੇ ਮੇਰੇ ਵੀਰ ਜਿਨ੍ਹਾਂ ਦੀ ਜਿਵੇਂ ਗ੍ਰੈਜੂਏਸ਼ਨ ਕੀਤੀ ਹੈ ਜਿਸ ਬੇਸਡ ਜੇ ਨੇ ਬੀਏ ਕੀਤੀ ਹੈ ਬੀਐਡ ਕੀਤੀ ਹੈ ਸਿੱਖਿਆ ਵਿਭਾਗ ਦਾ ਜਿਹੜਾ ਦਸੰਬਰ ਦੇ ਵਿੱਚ ਪੇਪਰ ਹੋਣਾ ਹੈ ਪੀਐਸਟੈਟ ਉਸ ਨੂੰ ਜਰੂਰ ਤਿਆਰੀ ਕਰ ਲਵੋ ਤੁਹਾਡੇ ਕੋਲ 2 ਮੰਥ ਰਹਿ ਗਏ ਨੇ ਕਹਿੰਦੇ ਨੇ ਦਸੰਬਰ ਦੇ ਜਿਹੜੇ ਦੂਸਰੇ ਹਫਤੇ ਵਿੱਚ ਇਗਜ਼ਾਮ ਲਿਆ ਜਾਵੇਗਾ ਨੋਟੀਫਿਕੇਸ਼ਨ ਇਸ ਮਹੀਨੇ ਰਿਲੀਜ਼ ਹੋਵੇਗਾ ਠੀਕ ਹੈ ਜੀ ਤੇ ਬਾਕੀ ਜਿਹੜੇ ਜਲ ਸਪਲਾਈ ਮੰਘਮਾ ਉਸ ਦੇ ਵਿੱਚ ਵੀ ਕਾਫੀ ਪੋਸਟਾਂ 2023 ਨੂੰ ਵੇਖਣ ਨੂੰ ਮਿਲਣਗੀਆਂ ਤੇ ਜਿਹੜੇ ਆਪਣੇ ਹੈਗੇ ਇਲੈਕਟ੍ਰਿਸਿਟੀ ਪੀਐਸਪੀਸੀਐਲ ਜਿਹੜਾ ਹੈਗਾ ਉਸ ਦੇ ਵਿੱਚ ਵੀ ਤੁਹਾਨੂੰ ਹੁਣ ਆਉਣ ਵਾਲੇ ਲੈਂਡਮੈਨ ਵਾਲੀਆਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਮਤਲਬ ਕਿ ਇਲੈਕਟ੍ਰੀਸ਼ੀਅਨ ਦੀਆਂ ਜਿਹੜੀਆਂ ਨਿਕਲਣ ਨੂੰ ਮਤਲਬ ਨਿਕਲਣ ਗਿਆ ਪੋਸਟਾਂ ਠੀਕ ਹੈ ਜੀ ਤੁਸੀਂ ਘਬਰਾਉਣਾ ਤੁਸੀਂ ਇਹ ਨਾ ਸੋਚੋ ਕਿ ਪੋਸਟਾਂ ਨਹੀਂ ਆਣੀਆਂ ਤੁਸੀਂ ਆਪਣੀ ਤਿਆਰੀ ਬਰਕਰਾਰ ਰੱਖੋ ਪੰਜਾਬ ਪੁਲਿਸ ਹੀ ਕੱਲਾ ਮਹਿਮਾਨੀ ਜਿੱਥੇ ਤੁਹਾਨੂੰ ਨੌਕਰੀ ਮਿਲੇ ਹੋਰ ਵੀ ਬਥੇਰੇ ਮਹਿਮਨੇ ਜਿਸ ਦੇ ਵਿੱਚ ਤੁਸੀਂ ਚੰਗੀ ਤਨਖਾਹ ਲੈ ਕੇ ਆਪਣੇ ਘਰ ਦਾ ਗੁਜ਼ਾਰਾ ਤੇ ਆਪਣੀ ਲਾਈਫ ਚੰਗੀ ਬਿਤਾ ਸਕਦੇ ਹੋ ਆਪਣਾ ਲਾਈਫ ਸਟਾਈਲ ਵਧੀਆ ਕਰ ਸਕਦੇ ਹੋ ਸੋ ਆਪਣੀ ਗ੍ਰੈਜੂਏਸ਼ਨ ਦੇ ਬੇਸ ਦੇ ਅਕੋਰਡਿੰਗ ਜਿਹੜਾ ਵੀ ਐਗਜ਼ਾਮ ਆਦਾ ਤੁਸੀਂ ਜਰੂਰ ਫਿਲ ਕਰਿਆ ਕਰੋ ਕਿਉਂਕਿ ਪਹਿਲਾਂ ਸਰਕਾਰਾਂ ਨੇ ਕਾਫੀ ਟੈਸਟ ਓਕੇ ਪੁਆਏ ਸੀ ਜ 80 ਪਰਸੈਂਟ ਦੇ ਆਏ ਹੁਣ ਟੈਸਟ ਕਾਫੀ ਈਜ਼ੀ ਆ ਰਹੇ ਨੇ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਚਾਹੁੰਦੀ ਹੈ ਕਿ ਹਰ ਬੱਚਾ ਨੌਕਰੀ ਲੈ ਸਕੇ ਉਹ ਵੀ ਹਲਕੀ ਜੀ ਮਿਹਨਤ ਕਰਕੇ ਜਿਆਦਾ ਉਹਨਾਂ ਦਿਮਾਗ ਖਰਾਬ ਨਾ ਹੋਵੇ ਕਿਉਂਕਿ ਤੁਹਾਨੂੰ ਪਤਾ ਹੈ ਹਰ ਬੱਚਾ ਡਿਪਰੈਸ਼ਨ ਦੇ ਵਿੱਚ ਹੈ ਕੋਈ ਬੱਚਾ ਇਹ ਨਹੀਂ ਚਾਹੁੰਦਾ ਕਿ ਵੱਧ ਤੋਂ ਵੱਧ ਸਟੱਡੀ ਕਰਕੇ ਹੁੰਦਾ ਕੁਝ ਬਣੀ ਨਾ ਇਸ ਕਰਕੇ ਉਹਨਾਂ ਨੇ ਇਦਾਂ ਕੀਤਾ ਵੀ ਜਿਹੜੇ ਐ ਨਾ ਲੱਗਣ ਪੰਜਾਬ ਗਵਰਨਮੈਂਟ ਦੇ ਇਗਜ਼ਾਮ ਹੈ ਕਿਤੇ ਉਹ ਪੀਸੀਐਸ ਨਾਲੋਂ ਘੱਟ ਲੱਗਣ ਮਤਲਬ ਕਿ ਪੀਸੀਐਸ ਅੱਗੇ ਤੁਹਾਨੂੰ ਲੱਗਦਾ ਹੁੰਦਾ ਸੀ ਪੀਸੀਐਸ ਦਾ ਇਗਜ਼ਾਮ ਦੇ ਰਹੇ ਹਾਂ ਪੰਜਾਬ ਗਵਰਨਮੈਂਟ ਦੇ ਜਿੰਨੇ ਵੀ ਮਤਲਬ ਕਿ ਮੈਗਮਿਆ ਦੇ ਇਗਜ਼ਾਮ ਹੁੰਦੇ ਸੀ ਪਰ ਹੁਣ ਤੁਸੀਂ ਲੈਵਲ ਦੇਖ ਰਹੇ ਹੋ ਪੰਜਾਬ ਪੁਲਿਸ ਦਾ ਕਿੰਨਾ ਇਗਜ਼ਾਮ ਈਜ਼ੀ ਆਇਆ ਇਸ ਤੋਂ ਪਤਾ ਲੱਗਦਾ ਵੀ ਤੁਸੀਂ ਨੌਕਰੀਆਂ ਪ੍ਰਾਪਤ ਕਰ ਸਕਦੇ ਹੋ ਤੁਹਾਡੀ ਐਜੂਕੇਸ਼ਨ ਬੇਸਡ ਅਕੋਰਡਿੰਗ ਸੋ ਮੇਰੇ ਵੀਰੋ ਮੈਂ ਤੁਹਾਨੂੰ ਬੇਨਤੀ ਇਹੀ ਕਰ ਜੁਆਇਨ ਕਰੋ ਜਿਹੜੀ ਵੀ ਤੁਹਾਨੂੰ ਲੱਗਦਾ ਤੁਹਾਨੂੰ ਵਿਸ਼ਵਾਸ ਹੈ ਜਿੰਨਾ ਦੇ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਜਾਂ ਫਿਰ ਘਰ ਬੈਠ ਕੇ ਬੁੱਕਸ ਬਾਈ ਕਰ ਲੋ ਬਾਜ਼ਾਰ ਦੇ ਵਿੱਚੋਂ ਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰੋ ਕਾਫੀ ਈਜ਼ੀ ਐਗਜ਼ਾਮ ਆਣਗੇ ਹਰ ਵਿਭਾਗ ਦੇ ਵਿੱਚ ਤੁਸੀਂ ਨੌਕਰੀ ਜ਼ਰੂਰ ਫਿਲ ਕਰੋ ਪੇਪਰ ਜ਼ਰੂਰ ਦੇਣ ਜਾਓ ਭਾਵੇਂ ਜਿੰਨੀ ਦੂਰ ਮਰਜੀ ਸੈਂਟਰ ਹੋਵੇ ਠੀਕ ਹੈ ਜੀ ਬਾਕੀ ਮੈਂ ਆਸ਼ਾ ਕਰਦਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਨੌਕਰੀ ਜ਼ਰੂਰ ਪ੍ਰਾਪਤ ਕਰੋਗੇ ਤੇ ਮੇਰੇ ਪੇਜ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੁਹਾਨੂੰ ਆਉਣ ਵਾਲੀਆਂ ਨਵੀਂ ਨੋਟੀਫਿਕੇਸ਼ਨ ਜ਼ਰੂਰ ਮਿਲਣਗੀਆਂ ਇਥੇ